ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਇੱਕ ਵਾਰ ਫਿਰ ਹੋਇਆ ਵਿਰੋਧ, ਕਾਲੇ ਝੰਡੇ ਦਿਖਾ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ। ਉਮੀਦਵਾਰ ਕੋਲੋਂ ਪੁੱਛੇ ਗਏ ਸਵਾਲ, ਉੱਥੇ ਪੰਜਾਬ ਪੁਲਿਸ ਨੂੰ ਵੀ ਸਾਹਮਣਾ ਕਰਨਾ ਪਿਆ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਅੱਜ ਬਟਾਲਾ ਹਲਕੇ ਦੇ ਪਿੰਡ ਕਲੇਰ ਕਲਾਂ ਵਿਖੇ ਪਹੁੰਚੇ, ਜਿੱਥੇ ਕਿਸਾਨ ਯੂਨੀਅਨ ਵੀ ਮੌਕੇ ਤੇ ਪਹੁੰਚ ਗਈਆਂ, ਜਿੱਥੇ ਕਿਸਾਨਾਂ ਨੇ ਦਿਨੇਸ਼ ਬੱਬੂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਤਿੱਖੇ ਸਵਾਲ ਪੁੱਛੇ ਅਤੇ ਕਾਲੀਆਂ ਝੰਡੀਆਂ ਦਿਖਾਈ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਪੁਲਿਸ ਅਫਸਰਾਂ ਨੂੰ ਵੀ ਤਿੱਖੇ ਸਵਾਲ ਪੁੱਛੇ ਗਏ। ਇਸ ਮੌਕੇ ਦਿਨੇਸ਼ ਬੱਬੂ ਵੱਲੋਂ ਵੀ ਕਿਸਾਨ ਆਗੂਆਂ ਨਾਲ ਸਵਾਲ ਜਵਾਬ ਕੀਤੇ ਗਏ ਅਤੇ ਕਿਸਾਨਾਂ ਦੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਬਹੁਤ ਵਧੀਆ ਮਾਹੌਲ ਹੈ ਜੀ, ਠੀਕ ਹੈ, ਕਿਸਾਨ ਪਰਿਵਾਰਾਂ ਨਾਲ ਜੀ, ਵੀਰਾਂ ਨਾਲ, ਮੇਰੀ ਦੋ ਤਿੰਨ ਵਾਰੀ ਗੱਲ ਪਹਿਲੇ ਵੀ ਹੈ, ਅੱਜ ਵੀ ਵਧੀਆ ਗੱਲਬਾਤ ਹੋਈ ਹੈ, ਕੋਈ ਗੱਲ ਨਹੀਂ, ਅਸੀਂ ਇਹ ਆਪਣੇ ਪਰਿਵਾਰ 'ਚ ਇਹਨਾਂ ਦਾ ਅਸੀਂ ਸਾਥ ਦੇ ਦਿੰਦੇ ਹਾਂ, ਇਹਨਾਂ ਦੀ ਗੱਲ ਵੀ ਰੱਖਾਂਗੇ, ਜਿਹੜੀ ਕੋਈ ਇਹਨਾਂ ਦੀ ਮੁਸ਼ਕਲ ਹੈ ਉਹ ਗੱਲ ਰੱਖਾਂਗੇ। ਓਵਰਆਲ ਸਥਿਤੀ ਬਹੁਤ ਵਧੀਆ ਜੀ, ਤੁਸੀਂ ਲੋਕਾਂ ਦੇ ਜਾਓ, ਲੋਕਾਂ ਦੇ ਮਨ 'ਚ ਹੋਏਗੀ ਮੋਦੀ ਜੀ ਪ੍ਰਧਾਨ ਮੰਤਰੀ ਬਣਨਾ ਚਾਹੀਦਾ, ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਨੇ। ਸੋ ਵਕਤ ਬਣ ਰਹੇ ਇਸ ਤਰੀਕੇ ਨਾਲ ਦਿਨ ਪ੍ਰਤੀ ਦਿਨ ਚੋਣ ਪ੍ਰਚਾਰ ਵੀ ਵੱਧਦਾ ਪਿਆ, ਲੋਕਾਂ ਦਾ ਰੁਝਾਨ, ਲੋਕਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਆ, ਲੋਕ ਇਹ ਚਾਹੇ ਕਹਿੰਦੇ ਕਿ ਪੰਜਾਬ ਦਾ ਭਲਾ ਹੋਏ, ਪੰਜਾਬ 'ਚ ਬੀਜੇਪੀ ਸਰਕਾਰ ਆਏ। ਧੰਨਵਾਦ। ਰਣਜੋਤ ਸਿੰਘ ਰੰਧਾਵਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਪ੍ਰਧਾਨ ਕਾਦੀਆਂ। ਅੱਜ ਵੇਖੋ ਜੀ, ਇੱਥੇ ਆਪਣੇ ਚੋਣ ਰੈਲੀ ਕਰਨ ਆਏ ਸੀ ਦਿਨੇਸ਼ ਬੱਬੂ ਨੇ, ਅਸੀਂ ਉਹਨਾਂ ਦਾ ਵਿਰੋਧ ਕਰਨ ਆਏ ਹਾਂ ਕਾਲੇ ਝੰਡੇ ਵਿਖਾਲ ਕੇ, ਅਤੇ ਨਾਲ ਉਹਨਾਂ ਨਾਲ ਸਵਾਲ ਜਵਾਬ ਕਰਨ ਲਈ ਇੱਥੇ ਪਹੁੰਚੇ ਹਾਂ। ਉਹਨਾਂ ਨਾਲ ਸਵਾਲ ਜਵਾਬ ਹੋਏ ਆ, ਪਰ ਉਹਨਾਂ ਕੋਲ ਕੋਈ ਜਵਾਬ ਹੈ ਨਹੀਂ ਉਹਨਾਂ ਸਾਡੇ ਦੇਣ ਲਈ ਉਹਨਾਂ ਕੋਲ, ਕਿਉਂਕਿ ਅਸੀਂ ਪੁੱਛਿਆ ਵੀ ਹਰਿਆਣੇ ਦੇ ਬਾਰਡਰ 'ਤੇ ਤੁਸੀਂ ਕਿਉਂ ਲਾਏ, ਕਹਿੰਦੇ ਦਿੱਲੀ ਜਾਂਦੇ ਕਿਸਾਨ ਅਤੇ ਉੱਥੇ ਲਾ ਕਾਨੂੰਨ ਖਰਾਬ ਨਹੀਂ ਸੀ, ਅੱਗੇ ਸਾਲ ਬਹਿ ਗਿਆ ਉੱਥੇ ਉੱਥੇ ਕੋਈ ਕਾਨੂੰਨ ਖਰਾਬ ਕੀਤਾ ਨਹੀਂ ਕਿਸਾਨਾਂ ਨੇ, ਤਾਂ ਹੁਣ ਕਿਹੜਾ ਖਰਾਬ ਕਰਨਾ ਸੀ, ਪਰ ਤੁਸੀਂ ਹੱਕ ਹੀ ਖੋਲਿਆ ਪੰਜਾਬ ਕੋਲ ਦਿੱਲੀ ਜਾਂਦਾ, ਵੀ ਕਿਸਾਨ ਦਿੱਲੀ ਜਾ ਹੀ ਨਹੀਂ ਸਕਦਾ, ਇਸ ਕਰਕੇ ਉਹਨਾਂ ਕੋਲ ਇਹਨਾਂ ਗੱਲਾਂ ਦੇ ਜਵਾਬ ਹੀ ਹੈ ਨਹੀਂ। ਉਹਨਾਂ ਮੈਨੂੰ ਸਵਾਲ ਕੀਤਾ, ਉਹ ਸਾਰਿਆਂ ਨੂੰ ਇੱਕੋ ਸਵਾਲ ਕਰੀ ਜਾਂਦੇ ਵੀ ਪੰਜਾਬ 'ਚ ਫਸਲ ਕਿਹੜੀ ਬੀਜੀ ਜਾਂਦੀ, ਉਹਨਾਂ ਦੇ ਕਹਿਣ ਤੋਂ ਭਾਵ ਹੁੰਦਾ ਵੀ ਉੱਥੇ MSP ਮਿਲਦੀ ਆ, ਪਰ ਸਾਡਾ ਸਵਾਲ ਇਹ ਆ ਵੀ MSP ਸਿਰਫ ਦੋ ਫਸਲਾਂ 'ਚ ਮਿਲਦੀ ਹੈ, ਤੈਅ ਤੁਸੀਂ 25 'ਤੇ ਕਰ ਦਿਓ, ਜਾਂ ਤਾਂ 25 'ਤੇ MSP ਦਿੱਤੀ ਜਾਵੇ ਅਤੇ ਜਾਂ ਤੁਸੀਂ ਤੈਅ ਕਰਨੀ ਛੱਡ ਦਿਓ। ਜਦੋਂ ਲੈਣੀ ਕਾਰਪੋਰੇਟ ਘਰਾਂਡੀਆਂ ਨੇ, ਪ੍ਰਾਈਵੇਟ ਅਦਾਰਿਆਂ ਨੇ ਹੀ ਖਰੀਦਣੀ ਆ, ਘੱਟ ਮੁੱਲ 'ਤੇ ਖਰੀਦਣੀ ਆ ਫਸਲ, ਅਤੇ ਫਿਰ ਉਹਨੂੰ MSP ਘੋਸ਼ਿਤ ਕਰਨ ਦਾ ਕੀ ਫਾਇਦਾ ਵਾ, ਅਤੇ ਜਾਂ ਗੁਰਨਾਮ ਸਿੰਘ ਜੀ, ਗੁਰਨਾਮ ਜੀ, ਇਹ ਪ੍ਰਦਰਸ਼ਨ ਇੱਦਾਂ ਕਦੋਂ ਤੱਕ ਜਾਰੀ ਰਹਿਣਗੇ? ਇਹ ਪ੍ਰਦਰਸ਼ਨ ਉਹਨਾਂ 'ਚ ਰਹਿਣਗੇ ਜਿੰਨਾ ਚਿਰ ਸਾਡੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹਨਾਂ 'ਚ ਪ੍ਰਦਰਸ਼ਨ ਜਾਰੀ ਰਹਿਣਗੇ ਜੀ। ਅੱਜ ਵੇਖੋ ਜੀ, ਅਸੀਂ ਉਹਨਾਂ ਨੂੰ ਜਿਹੜੇ ਸਾਡੇ ਆਏ ਸੀ ਆਪਣੇ ਕੈਂਡੀਡੇਟ ਖਿਲਾਰੇ ਆ ਇਹਨਾਂ ਨੇ MP ਵਾਲੇ, ਉਹ ਬੱਬੂ ਜੀ, ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਕਿਸਾਨਾਂ ਜਿਹੜੇ ਅਸੀਂ ਜਦੋਂ ਤੁਹਾਨੂੰ ਪਹਿਲੀ ਵਾਰ ਤੁਹਾਡੀ ਸਰਕਾਰ ਲੈ ਕੇ ਆਏ ਹਾਂ, ਇਹਨਾਂ ਕਿਹਾ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਅਸੀਂ ਲਾਗੂ ਕਰਾਂਗੇ, ਇਹਨਾਂ ਨੇ ਸਾਨੂੰ ਲਾਰਾ ਲਾ ਦਿੱਤਾ। ਸਵਾਮੀਨਾਥਨ ਦੀ ਰਿਪੋਰਟ 'ਤੇ ਇਹਨਾਂ ਨੇ ਇੱਕ ਵੀ ਜਿਹੜਾ ਕਦਮ ਗਾਹ ਨਹੀਂ ਚੁੱਕਿਆ, ਬਾਅਦ 'ਚ ਨਾ ਸਾਡਾ ਦਿੱਲੀ ਮੋਰਚਾ ਲੱਗਾ, ਉੱਥੇ ਕਮੇਟੀ ਬਣਾਈ, ਕਮੇਟੀ ਦੇ ਵਿੱਚ ਇਹਨਾਂ 2 ਸਾਲ ਬਾਅਦ ਉੱਥੇ ਕੋਈ ਕੰਮ ਨਹੀਂ ਕੀਤਾ, ਉਹਦੇ ਵਿੱਚ ਸਾਡੀ ਕੋਈ ਨਹੀਂ ਸੁਣੀ ਗਈ, ਇਹਨਾਂ ਨੇ ਕਿਸਾਨਾਂ ਦੇ ਉਹਦੇ 'ਚ ਮੈਂਬਰ ਹੀ ਸ਼ਾਮਿਲ ਨਹੀਂ ਕੀਤੇ, ਸਾਡੀਆਂ ਮੰਗਾਂ ਕਿੱਥੋਂ ਮੰਨੀਆਂ ਜਾਣੀਆਂ ਨੇ? ਬਾਕੀ ਜਿਹੜੀ MSP ਸਾਨੂੰ ਝੋਨੇ 'ਤੇ ਅਤੇ ਕਣਕ 'ਤੇ ਮਿਲ ਰਹੀ ਆ, ਇਹ ਵੀ ਸਾਨੂੰ ਪੂਰੀ ਨਹੀਂ ਮਿਲਣ ਦੀ, ਜਿਹੜੀ ਆਪਣੇ ਉਹਨਾਂ ਸਵਾਮੀਨਾਥ ਦੀ ਰਿਪੋਰਟ ਦੇ ਮੁਤਾਬਕ ਸਾਨੂੰ, ਉਹਦੇ ਮੁਤਾਬਕ ਸਾਨੂੰ ਆਪਣੇ ਉਹਦੇ ਰੇਟ ਦੇਣ, ਫਿਰ ਸਾਨੂੰ ਆਪਣਾ ਸਾਡੇ ਹੱਕ ਪੂਰੇ ਹੋਣਗੇ, ਉਹਨਾਂ 'ਚ ਜਿਹੜੇ ਕਿਸਾਨ ਖੁਦਕੁਸ਼ੀਆਂ ਕਰਦੇ ਰਹਿਣਗੇ ਅਤੇ ਉਹਨਾਂ ਡੱਕਦੇ ਵੀ ਰਹਿਣਗੇ।